ਭਰਾਵੋ ਮੈਂ ਜਦੋਂ ਦਾ ਕਿਹਾ ਵੀ MP ਦੀ ਚੋਣ ਲੜਨੀ ਆ, ਫਿਰੋਜ਼ਪੁਰ ਤੋਂ ਆਜ਼ਾਦ ਲੜਨੀ ਆ, ਅਤੇ ਮੈਨੂੰ ਬਹੁਤ ਸਾਰੇ ਫੋਨ ਆਏ ਆ ਕਿ ਤੂੰ ਜਿੱਤਦਾ ਨਹੀਂਗਾ, ਤੈਨੂੰ ਕੀ ਲੋੜ ਆ। ਇਹ ਫੋਨ ਉਹਨਾਂ ਦਾ ਮੈਂ ਜਵਾਬ ਇਹ ਦਿੱਤਾ ਕਿ ਮੈਂ ਕਿਹਾ ਕੋਈ ਗੱਲ ਨਹੀਂ, ਨਹੀਂ ਜਿੱਤਦਾ ਮੈਂ ਕਿਹੜਾ, ਜਿੱਤ ਹਾਰ ਵਾਸਤੇ ਖੜ੍ਹਾ। ਮੈਂ ਤਾਂ ਫਿਰੋਜ਼ਪੁਰ ਦੇ ਲੋਕਾਂ ਨੂੰ, ਜਿਹੜੇ 9 ਹਲਕੇ ਆ, ਹਬੋਰ ਹਲਕਾ, ਬੱਲੂਆਣਾ ਹਲਕਾ, ਮਲੋਟ ਹਲਕਾ, ਜਲਾਲਾਬਾਦ ਹਲਕਾ, ਫਾਜ਼ਿਲਕਾ ਹਲਕਾ, ਗੁਰੂਵਰ ਸਾਇਆ ਹਲਕਾ, ਅਤੇ ਜਿਹੜਾ ਮੁਕਤਸਰ ਹਲਕਾ, ਹੋਰ ਜਿਹੜੇ ਹਲਕੇ ਆਉਂਦੇ ਆ, ਮੈਂ ਤਾਂ ਉਹ ਹਲਕੇ ਦੇ ਲੋਕਾਂ ਨੂੰ ਇਹ ਕਿਹਾ ਕਿ ਹੇ ਮੇਰੇ ਫਿਰੋਜ਼ਪੁਰ ਦੇ ਲੋਕੋ, ਮੇਰੀਆਂ ਇੱਕ ਵਾਰੀ ਗੱਲਾਂ ਸੁਣ ਲਓ, ਤੁਹਾਡਾ ਵੋਟ ਪਾਉਣ ਨੂੰ ਦਿਲ ਕਰੇ ਤਾਂ ਵੋਟ ਪਾ ਦਿਆ, ਜੇ ਮੈਂ ਵੋਟ ਨਹੀਂ ਮੰਗਣੀ, ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਮੰਗੋ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਰੇ ਐਂ ਕਹਿੰਦੇ ਆ। ਚਲੋ ਮੈਂ ਕਿਹਾ ਮੈਂ ਬਾਹਲਾ ਨਹੀਂ ਜਿੱਤ ਸਕਦਾ। ਫਿਰ ਕੁਝ ਸੱਜਣਾਂ ਦੇ ਮੈਨੂੰ ਜਿਹੜੇ ਫੋਨ ਆਏ ਆ ਕਿ ਭਾਈ ਸਾਹਿਬ ਅਸੀਂ ਤੇਰੇ ਨਾਲ ਖੜ੍ਹੇ ਹਾਂ, ਪਿੰਡਾਂ 'ਚ ਪ੍ਰਚਾਰ ਸ਼ੁਰੂ ਕਰ ਦੇ, ਅਤੇ ਮੈਂ ਉਹਨਾਂ ਨੂੰ ਜਵਾਬ ਇਹ ਦਿੱਤਾ ਕਿ ਭਾਈ ਸਾਹਿਬ ਮੈਂ ਜਿਹੜਾ ਕਹਿ ਲਓ ਜਿਹੜਾ ਲੋਨ ਦਾ ਪਤਾ ਕਰੀ ਜਾਂਦਾ ਵੀ ਮੈਨੂੰ ਕੋਈ ਇੱਕ ਵਾਰੀ 1,00,000 ਕੁ ਦਾ ਲੋਨ ਮਿਲ ਜੇ, ਅਤੇ ਚਲੋ ਮੈਂ 1,00,000-2,00,000 ਰੁਪਈਏ ਨਾਲ ਜਿਹੜਾ ਕਹਿ ਲਓ ਆ 2-2.5 ਮਹੀਨੇ ਪ੍ਰਚਾਰ ਕਰਨਾ, ਅਤੇ ਤੇਲ ਬੜੇ ਆਰਾਮ ਨਾਲ ਲੱਗ ਜਾਣਾ। 9 ਹਲਕੇ 'ਤੇ ਲਗਭਗ 1,300-1,400 ਪਿੰਡ ਆ ਜਾਣਾ, 179 ਪਿੰਡ ਤਾਂ ਲਗਭਗ ਇਕੱਲੇ ਜਲਾਲਾਬਾਦ ਦੇ ਵਿੱਚ ਹੀ ਆ। ਹੁਣ ਜਿਹੜੇ ਮੇਰੇ ਵੀਰ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਜੇ ਨਿਭਾਂਗੇ ਨਾਲ ਤੇਰੇ, ਅਤੇ ਅੱਜ ਗੱਲ ਉਹ ਹੋ ਗਈ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ ਅਤੇ ਛੱਡ ਕੇ ਮੈਦਾਨ ਭੱਜ ਗਏ। ਗੱਲ ਤਾਂ ਇੱਥੇ ਉਹ ਹੋ ਗਈ, ਬੜੇ ਸੱਜਣਾਂ ਨੇ ਕਿਹਾ ਸੀ ਕਿ ਵਿਸ਼ਵਦੀਪ ਸਿੰਘ ਮਦਦ ਕਰਾਂਗੇ, ਪਰ ਜਿਵੇਂ ਕਹਿੰਦੇ ਨਾ ਇੱਕ ਸਿਆਣਿਆਂ ਦੀ ਕਹਾਵਤ ਆ ਕਿ ਮੇਲਿਆਂ ਦੇ ਵਿੱਚ ਚੱਕੀ ਰਾਇਆਂ ਨੂੰ ਕੌਣ ਪੁੱਛਦਾ ਹੁੰਦਾ, ਕਿਉਂਕਿ ਗਰੀਬ ਬੰਦੇ ਨੂੰ ਕੋਈ ਨਹੀਂ ਪੁੱਛਦਾ, ਅਤੇ ਚੱਕੀ ਰਾਇਆਂ ਨੂੰ ਵਾਕਈ ਕਿਹਨੇ ਪੁੱਛਣਾ। ਫਿਰ ਮੈਨੂੰ ਫੋਨ ਆਏ ਆ ਕਿ ਤੇਰੀ ਅਸੀਂ ਮਦਦ ਕਰਾਂਗੇ, ਐਂ ਕਰਾਂਗੇ, ਬੇਫਿਕਰ ਹੋ ਜਾ। ਮੈਂ ਕਿਹਾ ਤੀਆਂ ਵਾਧੋ ਕੀ ਲਹਿੰਗਾ ਫੁੱਕਣਾ, ਜੇ ਭਾਈ ਸਾਹਿਬ ਮੈਂ ਕਿਸੇ ਤੋਂ ਪੈਸਾ ਨਹੀਂ ਮੰਗਦਾ, ਨਾਲ 3-4 ਗੱਡੀਆਂ ਲਾ ਦਿਓ ਅਤੇ ਉਹਨਾਂ ਦਾ ਤੇਲ ਤੂਲ ਦਾ ਆਪੇ ਵੇਖ ਲਓ, ਕੋਈ ਮੈਂ ਆਪਦੇ ਘਰ ਦੀ ਲੜਾਈ ਨਹੀਂ ਲੜਦਾ ਫਿਰਦਾ। ਕਿਤੇ ਨਾ ਕਿਤੇ ਮੇਰੇ ਘਰ ਦੀ ਲੜਾਈ ਇੱਥੇ ਜਾ ਕੇ ਬਣਦੀ ਆ ਕਿ ਮੈਂ ਇਸ ਦੇਸ਼ ਦੇ ਵਿੱਚ ਰਹਿੰਦਾ, ਅਤੇ ਜਿਹੜੇ ਮੇਰਾ ਜੇਕਰ ਦੇਸ਼ ਚੰਗਾ ਹੋਊਗਾ ਫਿਰ ਹੀ ਮੇਰਾ ਘਰ ਚੰਗਾ ਹੋਊਗਾ। ਮੈਂ ਉਹਨਾਂ ਲੋਕਾਂ 'ਚੋਂ ਨਹੀਂ ਗਾ ਜਿਹੜਾ ਕਹਿ ਦਿੰਦੇ ਆ ਕਿ ਚਿੱਟਾ ਫਲਾਨਿਆਂ ਦਾ ਮੁੰਡਾ ਪੀਂਦਾ, ਸਾਡਾ ਮੁੰਡਾ ਕਿਹੜਾ ਪੀਂਦਾ, ਪਰ ਜੇਕਰ ਮੁੰਡਾ ਸਾਡਾ ਚਿੱਟਾ ਨਹੀਂ ਪੀਂਦਾ ਅਤੇ ਜਿਹੜੀਆਂ ਸਰਿੰਜਾਂ ਬੰਦਾ, ਅਤੇ ਜਿਹੜਾ ਕਹਿ ਲਓ ਇੱਕ ਸਰਿੰਜ ਨੂੰ 20-20 ਜਣੇ ਵਰਤਦੇ ਆ ਅਤੇ ਕਈ ਮਹੀਨੇ ਵਰਤਦੇ ਆ, ਉਹਦੇ ਨਾਲ ਕਾਲੇ ਪੀਲਗੇ ਦੀ ਬਿਮਾਰੀ, ਏਡਸ ਦੀ ਬਿਮਾਰੀ, ਹੋਰ ਕਈ ਬਿਮਾਰੀਆਂ ਪੰਜਾਬ ਦੇ ਵਿੱਚ ਵੱਧ ਜਾਣਗੀਆਂ, ਅਤੇ ਜੇਕਰ ਮੇਰੇ ਪੰਜਾਬ ਨੂੰ ਖਤਰਾ ਹੋਇਆ ਤਾਂ ਮੈਂ ਇਕੱਲਾ ਕਿੱਥੇ ਵੱਜ ਜੂੰਗਾ। ਇਹਨਾਂ ਗੱਲਾਂ ਕਰਕੇ ਬੋਲਦਾ, ਭਰਾਵੋ ਤੁਸੀਂ ਤਾਂ ਮਜ਼ਾਕ ਕਰਦੇ ਆ। ਮੈਨੂੰ ਅੱਜ ਇੱਕ ਬਾਹਰੋਂ ਵੀਰ ਦਾ ਫੋਨ ਆਇਆ, ਇਨਸਾਨ ਸਿੰਘ ਨਾਮ ਸੀ, ਉਹ ਆਉਂਦੇ ਭਾਈ ਸਾਹਿਬ ਅਸੀਂ ਤੁਹਾਡੀ ਮਦਦ ਕਰਾਂਗੇ, ਬੇਫਿਕਰ ਹੋ ਜਾਓ। ਕਹਿੰਦਾ ਤੂੰ ਵਾਕਈ ਬੰਦਾ ਤਾਂ ਗਰੀਬ ਆ ਪਰ ਤੇਰੇ ਕੋਲ ਜ਼ਮੀਰ ਆ, ਗਰੀਬ ਹੋਣਾ ਗੁਨਾਹ ਨਹੀਂ ਗਾ। ਮੈਂ ਕਿਹਾ ਭਾਈ ਸਾਹਿਬ ਮੈਂ ਤੁਹਾਨੂੰ ਵੀ ਇਹੀ ਕਹੂੰਗਾ ਕਿ ਮਦਦ ਕਰਨੀ ਆ ਉਹ ਤੁਹਾਡੀ ਇੱਛਾ, ਨਹੀਂ ਕਰਨੀ ਤੁਹਾਡੀ ਇੱਛਾ, ਪਰ ਮੈਨੂੰ ਬੜੇ ਲੋਕਾਂ ਨੇ ਕਿਹਾ ਸੀ ਪਰ ਕੋਈ ਬਾਹ ਨਹੀਂ ਫੜਾਉਂਦਾ, ਪਿਛਲੀ ਵਾਰੀ ਦੀ ਤਰ੍ਹਾਂ ਕਿਤੇ ਕਰਜ਼ਾਈ ਹੋ ਕੇ ਨਾ ਬਹਿ ਜਾ ਜਿਵੇਂ ਅੱਜ ਹੋਇਆ ਬੈਠਾ। ਪਰ ਫਿਰ ਮੈਂ ਕਹਿੰਦਾ ਕਿ ਮੈਂ ਫਿਰ ਤੋਂ ਕਹਿ ਰਿਹਾ, ਫਿਰੋਜ਼ਪੁਰ ਵਾਲਿਓ, ਮੈਂ MP ਦੀ ਚੋਣ ਆਜ਼ਾਦ ਲੜਨੀ ਆ,
ਮੈਂ ਕੋਈ ਤੁਹਾਡੇ ਕੋਲੋਂ ਵੋਟ ਮੰਗਣ ਨਹੀਂ ਆਉਣਾ। ਵੋਟ ਮੰਗਾਂ ਤਾਂ ਮੇਰੇ ਛਿੱਤਰ ਮਾਰੋ ਜੇ। ਵੋਟਾਂ ਮੰਗ ਕੇ ਤੁਹਾਨੂੰ ਬਹੁਤ ਲੁੱਟ ਕੇ ਜਾਂਦੇ ਰਹੇ ਆ। ਮੈਂ ਵੋਟ ਮੰਗਣ ਨਹੀਂ ਆਉਣਾ, ਮੈਂ ਸਿਰਫ ਤੁਹਾਨੂੰ ਤੁਹਾਡੀ ਸੋਚ ਦੱਸਣ ਆਉਣਾ ਕਿ ਸਾਨੂੰ ਫਰੀ ਦੀ ਬਿਜਲੀ ਨਹੀਂ ਚਾਹੀਦੀ। ਸਾਡੇ ਮੁੰਡੇ ਨੂੰ 40,000 ਦੀ ਨੌਕਰੀ ਦਿਓ, 4,000 ਰੁਪਈਆ ਬਿਜਲੀ ਬਿੱਲ ਦੇਊਗਾ। ਅਤੇ ਅੱਗੋਂ ਜੇ ਕੋਈ ਮੰਤਰੀ ਤੁਹਾਨੂੰ ਇਹ ਕਹੇ ਕਿ ਫਿਰ ਕਿੱਡੀ ਕੁ ਗੱਲ ਆ, ਫਰੀ ਬਿਜਲੀ ਲਓ ਜੇ ਤੁਸੀਂ, 300 ਯੂਨਿਟ ਅਸੀਂ ਫਰੀ ਦਿੰਦੇ ਹਾਂ, ਉਹਨੂੰ ਆਖੋ ਜੇ ਕਿ ਭਾਈ ਸਾਹਿਬ ਬਿਜਲੀ ਮਹਿਕਮਾ ਤਾਂ ਸਾਡਾ ਅੱਗੇ ਘਾਟੇ ਦੇ ਵਿੱਚ ਆ। ਜਿਹੜੇ ਕਹਿ ਲਓ ਬਿਜਲੀ ਘਰ ਆ, ਉਹ ਭੂਤ ਭਲਈਆ ਲੱਗਦੇ ਆ, ਅਤੇ ਅਸੀਂ ਉਹਨਾਂ ਨੂੰ ਭੂਤ ਭਲਈਆ ਨਹੀਂ ਬਣਾਉਣਾ। ਅਤੇ ਜੇਕਰ ਆ ਮਾਫ ਹੋਊਗਾ, ਜਿਹੜਾ ਕਹਿ ਲਓ ਜੇਕਰ ਬਿੱਲ ਮਾਫ ਹੋਊਗਾ, ਤਾਂ ਕੱਲ੍ਹ ਨੂੰ ਸਾਡੇ ਬੱਚਿਆਂ ਨੇ ਜਈ ਕਿੱਥੋਂ ਲੱਗਣਾ, ਲੈਣ ਮੈਣ ਕਿੱਥੋਂ ਲੱਗਣਾ। ਇਹ ਫਰੀ ਨਾ ਕਰੋ, ਸਾਥੋਂ ਪੈਸੇ ਲਓ। ਭਲਾ ਇੱਕ ਘਰ ਨੂੰ 500 ਰੁਪਈਆ ਬਿਜਲੀ ਬਿੱਲ ਲਾ ਦਿਓ, ਅਤੇ ਲਗਭਗ ਜੇ 3 ਕਰੋੜ ਆਬਾਦੀ ਆ, 50 ਲੱਖ ਮੀਟਰ ਤਾਂ ਹੋਊਗਾ, ਅਤੇ ਮਹੀਨੇ ਦਾ 250 ਕਰੋੜ ਰੁਪਈਆ ਬਣਦਾ, ਅਤੇ 250 ਕਰੋੜ ਰੁਪਈਆ ਆਏ ਮਹੀਨੇ ਜਾਊਗਾ। ਸਾਡੇ ਬੱਚੇ ਜਈ ਲੱਗਣਗੇ, ਸਾਡੇ ਬੱਚੇ ਲੈਨਮੈਨ ਲੱਗਣਗੇ, ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ। ਅਤੇ ਮਹੀਨੇ ਦਾ ਅਸੀਂ 500 ਰੁਪਈਆ ਬਿਜਲੀ ਬਿੱਲ ਭਰਦੇ ਮਰਦੇ ਨਹੀਂ ਹੋਵਾਂਗੇ। 40,000 ਨੌਕਰੀ ਵੀ ਹੋਈ ਤਾਂ 4,000 ਰੁਪਈਆ ਬਿਜਲੀ ਬਿੱਲ ਕੱਢ ਦਿਓ, 6,000 ਰੁਪਈਆ ਆਟਾ ਰਾਸ਼ਨ ਦਾਲ ਕੱਢ ਦਿਓ। ਅਤੇ ਜਿਹੜਾ ਤੁਸੀਂ ਘਰਾਂ ਦਾ ਕਹਿੰਦੇ ਹਾਂ ਕਿ ਅਸੀਂ ਘਰ ਬਣਾ ਕੇ ਦੇਵਾਂਗੇ, ਉਹ ਅਸੀਂ ਸਾਡੇ ਕੋਲ 30,000 ਬਚੂਗਾ, ਸਾਡੇ ਮੁੰਡੇ ਕੋਲ ਜਾ ਕੇ ਬੈਂਕ ਤੋਂ 20 ਲੱਖ ਦਾ ਲੋਨ ਲੈ ਲੂਗਾ। 20 ਲੱਖ ਦਾ ਕੋਠਾ ਨਹੀਂ, ਕੋਠੀ ਪੈਂਦੀ ਆ, ਅਤੇ ਆਪੇ 20,000 ਰੁਪਈਆ ਕਿਸ਼ਤ ਕੱਢੀ ਜਾਊਗਾ, ਤਾਂ ਵੀ ਬੱਚਿਆਂ ਕੋਲ 10,000 ਰੁਪਈਆ ਬਚੂਗਾ। ਜੇਕਰ ਫਰੀ ਦੇਣਾ, ਸਿਹਤ ਸਿੱਖਿਆ ਰੁਜ਼ਗਾਰ ਦਿਓ, ਨਾ ਕੋਈ SC, ਨਾ ਕੋਈ BC, ਨਾ ਕੋਈ ਹਿੰਦੂ, ਨਾ ਕੋਈ ਸਿੱਖ, ਮੁਸਲਿਮ, ਈਸਾਈ, ਸਾਨੂੰ ਇਸ ਮਸਲੇ 'ਚ ਨਹੀਂ ਪੈਣਾ। ਸਿਹਤ ਸਿੱਖਿਆ ਰੁਜ਼ਗਾਰ ਦਿਓ। ਔਰ ਜਿਹੜੀ ਤੁਹਾਡੀਆਂ ਧੀਆਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਡੀ ਧੀਆਂ ਨੂੰ, ਗਰੀਬਾਂ ਦੀਆਂ ਧੀਆਂ ਭੈਣਾਂ ਨੂੰ ਸ਼ਗਨ ਸਕੀਮ ਦੇਵਾਂਗੇ, ਧੀ ਸਾਡੀ ਆ, ਅਸੀਂ ਕਿਸੇ ਤੋਂ ਕੁਛ ਨਹੀਂ ਲੈਣਾ, ਸਾਡੀ ਧੀ ਨੂੰ 52,000 ਸ਼ਗਨ ਸਕੀਮ ਨਹੀਂ ਚਾਹੀਦੀ, 21,000 ਰੁਪਈਏ ਦੀ ਨੌਕਰੀ ਚਾਹੀਦੀ ਆ। ਭਾਈ ਸਾਹਿਬ, ਮੈਂ ਫਿਰ ਤੋਂ ਕਹਿੰਦਾ, ਵੋਟ ਮੰਗਣ ਨਹੀਂ ਆਉਣਾ। ਜੇਕਰ ਵਿਚਾਰ ਗੱਲਾਂ ਸਹੀ ਲੱਗਣ ਤਾਂ ਭਾਈ ਤੁਸੀਂ ਜਿਹੜਾ ਚੋਣ ਨਿਸ਼ਾਨ ਹੋਇਆ ਉਹ ਦੱਬ ਦਿਓ ਜੇ, ਨਹੀਂ ਤਾਂ ਭਾਈ ਮੇਰੇ ਵੱਲੋਂ ਤੁਹਾਡੀ ਵੋਟ ਆ, ਜਿਹਨੂੰ ਮਰਜ਼ੀ ਪਾ ਦਿਆ ਜੇ। ਮੈਨੂੰ ਇਹ ਵੀ ਖੁਸ਼ੀ ਹੋਊਗੀ ਕਿ ਵੇਖੋ, ਮੈਂ ਕੋਈ ਉਹ ਐਡੀ ਮੇਰੀ ਕੋਈ ਔਕਾਤ ਤਾਂ ਹੈ ਨਹੀਂ, ਪਰ ਮੈਂ ਸਿਰਫ ਕਹਾਵਤ ਗਾ ਰਿਹਾ। ਕਹਿੰਦਾ ਦੀਵਾ ਆਪ, ਦੀਵੇ ਨੂੰ ਚਾਨਣ ਤਾਂ ਭਵੇਂ ਨਾ ਮਿਲੇ, ਪਰ ਦੀਵਾ ਕਈਆਂ ਨੂੰ ਚਾਨਣ ਜ਼ਰੂਰ ਲਾਊਗਾ। ਮੇਰੀ ਮੰਮੀ ਨੇ ਮੇਰਾ ਨਾਂ ਵੀ ਵਿਸ਼ਵਦੀਪ ਰੱਖਿਆ, ਅਤੇ ਮੇਰੇ ਸੱਚੇ ਪਾਤਸ਼ਾਹ ਜੀ ਮੇਰੀ ਸੱਚ 'ਤੇ ਡਿਊਟੀ ਲਾਉਣ। ਅਤੇ ਜੇਕਰ ਇਹ ਸੋਚ ਸਾਡੇ ਦੇਸ਼, ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਪੈ ਗਈ, ਮੈਂ ਗਰੰਟੀ ਦੇ ਨਾਲ ਕਹਿੰਦਾ ਕਿ ਭੁੱਖਮਾਰੀ ਬੰਦ ਹੋਊਗੀ, ਮੈਂ ਲਿਖ ਕੇ ਕਹਿੰਦਾ। ਔਰ ਜ਼ਰੂਰੀ ਨਹੀਂ ਆ ਜਿਹੜਾ ਕਹਿ ਲਓ ਕਈ ਜਿੱਥੇ ਜਿਹੜਾ ਕਹਿ ਲਓ ਆ ਮੱਛੀ ਪਾਲਣ ਆ ਗਿਆ, ਡੈਰੀ ਫਾਰਮ ਆ ਗਿਆ, ਜਿੱਥੇ ਲੱਖਾਂ ਦੇ ਲੋਨ ਦੇ ਕੇ, ਜਿੱਥੇ ਕਰੋੜਾਂ ਦੇ ਲੋਨ ਦੇ ਕੇ, ਅਤੇ ਉਹਨਾਂ ਨੂੰ ਲੱਖਾਂ ਰੁਪਈਆ ਮਾਫ਼ ਹੋ ਜਾਂਦਾ, ਉਹ ਸਾਡੇ ਸਿਰ 'ਤੇ ਪੈਂਦਾ। ਅਤੇ ਉਹ ਵੀ ਚੀਜ਼ਾਂ ਮੈਂ ਤਾਂ ਕਹੂੰਗਾ ਵੀ ਸਰਕਾਰੀ ਕਰੋ, ਸਰਕਾਰੀ ਜ਼ਮੀਨਾਂ 'ਚ ਮੱਛੀ ਪਾਲਣ ਹੋਵੇ,
ਫਿਰ ਭਾਈ ਸਾਹਿਬ ਇਹ ਚੀਜ਼ਾਂ ਉਹ ਗੱਲਾਂ ਜ਼ਰੂਰ ਸੁਣਿਆ ਜੇ, ਅਤੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਆ, ਭਰਾਵੋ ਮੈਂ 2017 ਤੋਂ ਬੋਲ ਰਿਹਾ ਅਤੇ 2022 ਦੇ ਵਿੱਚ MLA ਦੀ ਚੋਣ ਲੜੀ ਸੀ, ਉਦੋਂ ਮੇਰਾ ਕਈ ਸੱਜਣਾਂ ਨੇ ਸਾਥ ਦਿੱਤਾ ਸੀ, ਬਾਈ ਦੀਪ ਜੀ ਸੀਗੇ ਔਰ ਬਾਈ ਮੁਖਤਿਆਰ ਸਿੰਘ ਜੀ ਸੀਗੇ, ਔਰ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਦਾ ਹੁੰਦਾ, ਮੈਂ ਕਹਿੰਦਾ ਹੁੰਦਾ ਮੇਰੇ ਪੋਸਟਰ ਲਵਾ ਦਿਓ ਜੇ, ਬਸ ਇਹਦੇ ਨਾਲ ਇਹ ਹੁੰਦਾ ਕਿ ਮੇਰੀ ਵੀਡੀਓ ਕੋਈ ਭਾਸ਼ਣ ਸੁਣਨ ਆਉਂਦਾ, ਕੋਈ ਗੱਲਾਂ ਸੁਣਨ ਆਉਂਦਾ, ਕੋਈ ਨਹੀਂ ਸੁਣਨ ਆਉਂਦਾ, ਫੋਟੋ ਨੂੰ ਵੇਖ ਕੇ ਚੋਣ ਨਿਸ਼ਾਨ ਕੋਈ ਮੇਰਾ ਪੱਕਾ ਤਾਂ ਹੈ ਨਹੀਂ ਗਾ, ਅਤੇ ਜਿਹੜਾ ਮਿਲਿਆ ਹੁੰਦਾ ਅਗਲਾ ਕਹਿੰਦਾ ਯਾਰ ਉਹੀ ਮੁੰਡਾ ਜਿਹੜਾ ਆਏ ਦੇਣ ਭਾਈ ਗੱਲਾਂ ਦੱਸਦਾ, ਲੈ ਐਂ ਕਰ ਆਹ ਮੁੰਡੇ ਦੀ ਜੇਕਰ ਆਪਾਂ ਨੂੰ ਸੋਚ ਚੰਗੀ ਲੱਗੀ ਤਾਂ ਭਾਗਵਾਨ ਨੇ ਤੂੰ ਮੁੰਡੇ ਨੂੰ ਵੋਟ ਪਾ ਦੀ ਨਹੀਂ ਰਹਿਣ ਦੀ। ਇਸ ਕਰਕੇ ਉਦੋਂ ਬਾਈ ਫਿਰ ਬਾਈ ਛੰਗਾਰਾ ਸਿੰਘ ਬਰਾੜ ਜੀ ਸੀਗੇ, ਹੋਰ ਮੇਰੇ ਕਈ ਇੱਕ ਮੇਰੇ ਪਿੰਡ ਦੇ ਵੀਰ ਸੀਗੇ, ਇੱਥੇ ਰਾਜੂ ਉਹਨਾਂ ਦਾ ਨਾਮ ਸੀ, ਮੇਰੇ ਪਿੰਡ ਦੇ ਹੀ ਸੀਗੇ, ਅਤੇ ਉਹ ਜਿਹੜਾ ਕਹਿ ਲਓ ਬੈਲ ਵੱਜਦੇ ਆ ਰਾਜੂ ਬੈਲ, ਉਹ ਭਰਾ ਨੇ ਉਦੋਂ ਬਾਂਹ ਫੜੀ ਸੀ। ਮੈਂ ਫਿਰ ਤੋਂ ਕਹਿੰਦਾ ਕਿ ਮੈਨੂੰ ਕਿਹਾ ਤਾਂ ਬੜੇ ਲੋਕਾਂ ਨੇ ਸੀ ਕਿ ਅਸੀਂ ਤੇਰੇ ਨਾਲ ਖੜਾਂਗੇ, ਕੁਝ ਕੁ ਸੱਜਣ ਤਾਂ ਇਹ ਹੋ ਗਏ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ, ਅਤੇ ਛੱਡ ਕੇ ਮੈਦਾਨ ਭੱਜ ਗਏ, ਪਰ ਵਾਹਿਗੁਰੂ ਮੇਰਾ ਸਾਥ ਨਾ ਛੱਡੇ, ਮੇਰਾ ਪਰਮਾਤਮਾ ਆਪਣੇ ਆਪ ਸਾਥ ਦੇਊਗਾ, ਮੈਂ ਮੈਦਾਨ ਨਹੀਂ ਛੱਡ ਕੇ ਭੱਜਦਾ। ਫਿਰੋਜ਼ਪੁਰ ਤੋਂ ਆਖਿਆ ਮੈਂ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਸੀ, ਮੈਨੂੰ ਤਾਂ ਐਂ ਸੀ ਵੀ ਕੋਈ ਨਾ ਕਿਤੇ ਸੰਗਰੂਰ ਤੋਂ ਹੋ ਸਕਦਾ ਡਾਕਟਰ ਗੁਰਪ੍ਰੀਤ ਖੜ ਜੇ, ਜਾਂ ਭਗਵੰਤ ਮਾਨ ਦੀ ਮਾਤਾ ਜੀ ਖੜ ਜਾਣ, ਜਾਂ ਉਹਨਾਂ ਦੀ ਭੈਣ ਜੀ ਖੜ ਜਾਣ, ਅਤੇ ਮੈਨੂੰ ਇਹ ਸੀ ਜੇਕਰ ਉਹਨਾਂ ਦੇ ਪਰਿਵਾਰ 'ਚੋਂ ਖੜਿਆ ਤਾਂ ਫਿਰ ਮੈਂ ਜਾ ਕੇ ਉੱਥੇ ਪ੍ਰਚਾਰ ਕਰਨਾ, ਉੱਥੇ ਝੰਡਾ ਗੱਡਣਾ ਵਿਸ਼ਵ ਦੀ ਫਾਜ਼ਿਲਕਾ ਦਾ, ਪਰ ਉੱਥੋਂ ਕੋਈ ਨਹੀਂ। ਫਿਰ ਇਹ ਮੈਂ ਕਿਹਾ ਫਿਰੋਜ਼ਪੁਰ ਤੋਂ ਲੜੂੰਗਾ, ਹਾਂ ਸ਼ਰਮ ਜੀ ਤਾਂ ਮੈਨੂੰ ਆਉਂਦੀ ਆ ਕਿਉਂਕਿ ਝਾੜੂ ਵਾਲੇ, ਮੈਂ ਕਹਿੰਦਾ ਵੀ ਕੋਈ ਚੰਗਾ ਜਿਹਾ ਲੀਡਰ ਇੱਥੇ ਠੱਲਣ, ਮੈਂ ਤਾਂ ਕਹੂੰਗਾ ਵੀ ਕਿਤੇ ਭਗਵੰਤ ਮਾਨ ਜੀ ਇੱਥੇ ਬੁੱਲਾ ਵੇਖ ਲੈਣ ਆ ਕੇ ਫਿਰੋਜ਼ਪੁਰ ਦੇ ਵਿੱਚੋਂ, ਜਾਂ ਕੋਈ ਹੋਰ ਕਿਸੇ ਮੰਤਰੀ ਨੂੰ ਦੇਣ ਟਿਕਟ ਇੱਥੇ, ਤਾਂ ਮੈਨੂੰ ਫਿਰ ਬੜਾ ਮਾੜਾ ਜਿਹਾ ਸਕੂਨ ਮਿਲ ਜੂਗਾ ਵੀ ਚਲੋ ਭਾਈ ਕਿਸੇ ਇਹ ਵਧੀਆ ਬੰਦੇ ਦੇ ਖੜ੍ਹੇ ਹਾਂ ਖਿਲਾਫ, ਅਤੇ ਪ੍ਰਚਾਰ ਕਰਨ ਦਾ ਵੀ ਸਵਾਦ ਆ ਜਾਏ ਕਿ ਵਾਕਈ ਇਹਨਾਂ ਨੇ ਕੀ ਕੀਤਾ ਸੀ ਕੀ ਨਹੀਂ ਕੀਤਾ। ਹੁਣ ਭਾਈ ਤੁਹਾਡੇ ਅੱਗੇ ਬੇਨਤੀ ਆ, ਜੇਕਰ ਮੈਂ ਤਾਂ ਸਾਰਿਆਂ ਨੂੰ ਬੋਲਣਾ ਹੁੰਦਾ, ਅਕਾਲੀ ਕਾਂਗਰਸੀਆਂ ਨੂੰ ਵੀ ਕਹਿਣਾ ਹੁੰਦਾ, ਮੈਂ ਸਾਰਿਆਂ ਨੂੰ ਕਹਿਣਾ ਹੁੰਦਾ, ਮੈਂ ਸਿਰਫ ਤੇ ਸਿਰਫ ਉਹ ਦੱਸਣਾ ਜਿਹੜਾ ਕਿਸੇ ਵੀ ਲੀਡਰ ਨੇ ਲੋਕਾਂ ਨੂੰ ਨਹੀਂ ਦੱਸਿਆ। ਫਰੀ ਦੀਆਂ ਸਹੂਲਤਾਂ ਪਾ ਕੇ ਲੋਕਾਂ ਨੂੰ ਤਬਾਹ ਕੀਤਾ, ਪਹਿਲਾਂ ਫਰੀ ਦੀਆਂ ਸਹੂਲਤਾਂ ਅੱਜ ਤੋਂ ਨਹੀਂ ਸਾਡੇ ਦਾਦਿਆਂ ਨੂੰ ਮਿਲਦੀਆਂ ਰਹੀਆਂ, ਉਹ ਤਬਾਹ ਹੋਏ, ਸਾਡੇ ਪੜਦਾਦਿਆਂ ਨੂੰ ਫਰੀ ਦੀਆਂ ਸਹੂਲਤਾਂ ਉਹ ਤਬਾਹ ਹੋਏ, ਸਾਡੇ ਮਾਂ ਬਾਪ ਨੂੰ ਫਰੀ ਦੀਆਂ ਸਹੂਲਤਾਂ ਉਹ ਤਬਾਹ ਹੋਏ, ਅੱਜ ਸਾਨੂੰ ਫਰੀ ਦੀਆਂ ਸਹੂਲਤਾਂ, ਅੱਜ ਆਪਾਂ ਤਬਾਹ ਹੋਏ, ਅਤੇ ਜੇਕਰ ਅਸੀਂ ਚੱਲਦਾ ਰਿਹਾ ਤਾਂ ਕੱਲ੍ਹ ਨੂੰ ਸਾਡੇ ਬੱਚੇ ਤਬਾਹ ਹੋ ਜਾਣਗੇ, ਅਤੇ ਸਾਡੇ ਜਿਹੜੇ ਬੱਚਿਆਂ ਦੇ ਗਾਂ ਪੋਤਰੇ ਹੋਣੇ ਆ ਉਹ ਤਾਂ ਦੁਨੀਆਂ 'ਤੇ ਆਉਣ ਦਾ ਫਾਇਦਾ ਕੋਈ ਨਹੀਂ। ਜਿਵੇਂ ਅੱਜ ਪੰਜਾਬ ਦੇ ਵਿੱਚ ਜਦੋਂ ਬੱਚਾ ਕੋਈ ਜਨਮ ਲੈਂਦਾ ਉਹਦੇ ਸਿਰ 'ਤੇ ਵਾਲ ਨਹੀਂ ਹੁੰਦੇ ਪਰ ਕਰਜ਼ਾ ਜ਼ਰੂਰ ਹੁੰਦਾ। ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੇਰਾ ਖੁਆਬ ਆ, ਮੇਰਾ ਸੁਪਨਾ ਕਿ ਹਰ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 3 ਤੋਂ 4 ਫੈਕਟਰੀਆਂ ਹੋਣ, ਮਾੜੀਆਂ ਨਾ ਹੋਣ, ਅਤੇ ਘਰ ਘਰ ਦੇ ਵਿੱਚ ਰੁਜ਼ਗਾਰ ਹੋਵੇ ਅਤੇ ਕੋਈ ਬੰਦਾ ਭੁੱਖਾ ਨਾ ਪੈਂਦਾ ਹੋਵੇ। ਅੱਜ ਕਈ ਗਰੀਬ ਵਿਚਾਰੇ ਦਿਨ ਦਿਹਾੜ ਹੁੰਦੇ ਆ, ਜਦੋਂ ਕਈ ਬਿਮਾਰ ਵਿਲਕਦੇ ਫਿਰਦੇ ਆ, ਔਰ ਸਿਹਤ ਸਿੱਖਿਆ ਰੁਜ਼ਗਾਰ ਹੋਵੇ। ਮੇਰਾ ਸੁਪਨਾ ਇਹ ਆ ਕਿ ਉਸ ਦਿਨ ਸਿੱਖਿਆ ਚੰਗੀ ਹੋਊਗੀ ਜਿਸ ਦਿਨ ਸਿਪਾਹੀ ਤੋਂ ਲੈ ਕੇ DC ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹੇ।
ਪਰ ਇੱਥੇ ਤਾਂ ਸਰਕਾਰੀ ਸਕੂਲਾਂ ਦੇ ਬੱਚੇ, ਜਿਹੜੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ। ਦੂਜਾ ਮੇਰਾ ਜਿਹੜਾ ਖੁਆਬ ਕਿ ਹੋਸਪਿਟਲ ਉਹਦੇ ਚੰਗੇ ਹੋਣਗੇ ਜਿਸ ਦਿਨ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਇਲਾਜ ਸਰਕਾਰੀ ਹੋਸਪਿਟਲਾਂ 'ਚ ਹੋਏ, ਸਿਪਾਹੀ ਤੋਂ ਲੈ ਕੇ DC ਤੱਕ ਦੇ ਇਲਾਜ ਸਰਕਾਰੀ ਹੋਸਪਿਟਲਾਂ 'ਚ ਹੋਏ, ਫਿਰ ਮੈਂ ਕਹੂੰਗਾ ਕਿ ਵਾਕਈ ਅੱਜ ਹੋਸਪਿਟਲ ਚੰਗੇ ਆ। ਫਿਰ ਮੈਂ ਕਹੂੰਗਾ ਕਿ ਅੱਜ ਸਕੂਲ ਚੰਗੇ ਆ, ਵੀ ਅੱਜ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਤਾਂ ਬਾਕੀ ਭਾਈ ਤੁਹਾਡੀ ਮਰਜ਼ੀ ਆ, ਕੋਈ ਗੱਲ ਨਹੀਂ। ਵੈਸੇ ਤਾਂ ਮੈਨੂੰ ਇੱਕ ਸਿਆਣੇ ਸੱਜਣ ਨੇ ਅੱਜ ਕਿਹਾ ਵੀ ਮੇਲੇ ਦੇ ਵਿੱਚ ਚੱਕੀ ਰਾਇਆਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ, ਬਾਕੀ ਉਸ ਪਰਮਾਤਮਾ ਨੇ ਮੈਨੂੰ ਭੇਜਿਆ ਜੋ ਉਹਨਾਂ ਨੇ ਡਿਊਟੀ ਲਾਈ ਆ, ਅਤੇ ਮੈਂ ਉੱਥੋਂ ਜ਼ਰੂਰ। ਕਈ ਲੋਕਾਂ ਨੇ ਕਿਹਾ ਸੀ ਫਰੀਦਕੋਟ ਤੋਂ ਖੜ੍ਹ, ਉੱਥੇ ਕਲਾਕਾਰ ਹੀ ਖੜ੍ਹੇ ਆ। ਮੈਂ ਕਿਹਾ ਫਰੀਦਕੋਟ ਵਾਲੇ ਜਿੰਨੇ ਖੜ੍ਹੇ ਆ, ਮੈਂ ਜਿਵੇਂ ਕਹਿੰਦੇ ਹੁੰਦੇ ਨਾ ਲਿਆ ਤਾਂ ਨਾਸੀ ਧੂੰਆਂ ਦੇਊਂਗਾ, ਪਰ ਚੱਕਰ ਇਹ ਆ ਫਿਰ ਗੱਲ ਉੱਥੇ ਆ ਜਾਂਦੀ ਆ, ਮੇਲੇ ਦੇ ਵਿੱਚ ਚੱਕੀ ਰਾਇਆਂ ਨੂੰ ਕੋਈ ਨਹੀਂ ਪੁੱਛਦਾ। ਮੈਂ ਅੱਜ ਵੀ ਉਸ ਪਰਮਾਤਮਾ ਤੋਂ ਡਰ ਕੇ ਕਹਿੰਦਾ ਜਿਹੜੇ ਫਰੀਦਕੋਟ ਤੋਂ ਖੜ੍ਹੇ ਆ, ਉਹ ਸਿਰਫ ਗੱਲਾਂ ਵਾਲੇ ਖੜ੍ਹੇ ਆ, ਕੋਈ ਤੁਹਾਡੀ ਗੱਲ ਨਹੀਂ ਕਰਨੀ ਫਰੀਦਕੋਟੀਓ, ਯਾਦ ਰੱਖ ਲਓ। ਕਲਾਕਾਰ ਐਕਟਰ ਕਦੇ ਵੀ ਤੁਹਾਡੇ ਮੁੱਦੇ ਨਹੀਂ ਰੱਖ ਸਕਦੇ। ਕਲਾਕਾਰ ਗੀਤ ਗਾਊਗਾ, ਤੂੰਬੀ ਵਾਲਾ ਤੂੰਬੀ ਵਜਾਊਗਾ, ਅਤੇ ਕਮੇਡੀ ਵਾਲਾ ਕਮੇਡੀ ਕਰੂਗਾ, ਯਾਦ ਰੱਖ ਲਓ। ਇਹਨਾਂ ਚੀਜ਼ਾਂ ਨੇ ਦੇਸ਼ ਸਾਡਾ ਤਰੱਕੀ ਨਹੀਂ ਕਰਨ ਦਿੱਤਾ। ਲੋਕ ਸਭਾ ਅਤੇ ਵਿਧਾਨ ਸਭਾ ਦੇ ਵਿੱਚ ਉਹਨਾਂ ਵਰਗਿਆਂ ਦੀ ਸ਼ਹੀਦ ਜਿਵੇਂ ਭਗਤ ਸਿੰਘ ਹੋਰਾਂ ਦੀ ਸੋਚ ਸੀ, ਊਧਮ ਸਿੰਘ ਹੋਰਾਂ ਦੀ ਸੋਚ ਸੀ, ਇਹਨਾਂ ਦੀ ਸੋਚ ਵਰਗੇ ਬੰਦੇ ਚਾਹੀਦੇ ਹੁੰਦੇ ਆ। ਬਾਬਾ ਸਾਹਿਬ ਅੰਬੇਦਕਰ, ਮੈਂ ਵੇਖੋ ਕਿ ਮੇਰਾ ਵਿਵਾਦ ਨਾ ਬਣਾ ਲਿਆ ਜੀ ਗੱਲ ਦੇ, ਬਾਬਾ ਸਾਹਿਬ ਅੰਬੇਦਕਰ ਜੀ ਦੀ ਸੋਚ ਵਰਗੇ ਬੰਦੇ ਚਾਹੀਦੇ ਹੁੰਦੇ ਆ। ਔਰ ਜਿਹੜਾ ਕਹਿ ਲਓ ਜੋਤੀਬਾ ਫੂਲੇ ਜੀ, ਸਵਿੱਤਰੀ ਬਾਈ ਫੂਲੇ ਜੀ, ਜਿਹੜੇ ਵਰਗੀਆਂ ਔਰਤਾਂ ਚਾਹੀਦੀਆਂ ਹੁੰਦੀਆਂ, ਮੈਂ ਤਾਂ ਮਾਂ ਜੀ ਕਹੂੰਗਾ ਸਵਿੱਤਰੀ ਬਾਈ, ਜਿਹੜਾ ਕਹਿ ਲਓ ਜਿਹੜਾ ਜੋਤੀਬਾ ਫੂਲੇ ਜੀ ਔਰ ਮਾਂ ਸਵਿੱਤਰੀ ਬਾਈ ਫੂਲੇ ਜੀ। ਔਰ ਉੱਥੇ ਕਲਾਕਾਰ ਨਹੀਂ ਚਾਹੀਦੇ ਹੁੰਦੇ, ਨਹੀਂ ਕਲਾਕਾਰਨੀਆਂ ਚਾਹੀਦੀਆਂ ਹੁੰਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੇ ਵਿੱਚ। ਇਹਨਾਂ ਮਹਾਨ ਜਿਹੜੀਆਂ ਸ਼ਖਸ਼ੀਸ਼ ਜਿਹੜੀਆਂ ਕਹਿ ਲਓ ਮਹਾਨ ਲੋਕਾਂ ਦੇ ਨਾਮ ਲਏ ਆ, ਇਹ ਸੋਚ ਕਰਕੇ ਚਾਹੀਦੇ ਆ, ਤਾਂ ਕਰਕੇ ਤੁਹਾਡੇ ਬੱਚੇ ਤਰੱਕੀਆਂ ਕਰਨਗੇ। ਬਾਕੀ ਤੁਹਾਡੀ ਮਰਜ਼ੀ ਆ, ਗਰੀਬ ਬੰਦਾ, ਪਰ ਇੱਕ ਵਾਰ ਪਿੰਡ ਦੇ ਵਿੱਚ ਵਿਸ਼ਵਦੀਪ ਫਾਜ਼ਿਲਕਾ ਜ਼ਰੂਰ ਸੱਦਿਆ ਜੇ ਫਰੀਦ। ਮੈਂ ਤਾਂ ਇਹ ਕਹੂੰਗਾ ਕਿ ਹੋ ਹਬੋਰ ਦੇ ਲੋਕੋ, ਮੈਂ ਵੋਟ ਮੰਗਣ ਨਹੀਂ ਆਉਣਾ, ਹਬੋਰ ਹਲਕੇ ਦੇ ਲੋਕੋ ਗੱਲਾਂ ਸੁਣਾਊਂਗਾ, ਗੱਲਾਂ ਸੁਣ ਲਓ ਜੇ। ਮਲੋਟ ਹਲਕੇ ਦੇ ਲੋਕੋ ਗੱਲਾਂ ਸੁਣ ਲਓ ਜੇ। ਉਹ ਜਲਾਲਾਬਾਦ ਦੇ ਲੋਕੋ ਗੱਲਾਂ ਸੁਣ ਲਓ ਜੇ, ਫਾਜ਼ਿਲਕਾ ਦੇ ਲੋਕੋ ਗੱਲਾਂ ਸੁਣ ਲਓ ਜੇ, ਬੱਲੂਆਣਾ ਹਲਕਾ ਦੇ ਲੋਕੋ ਗੱਲਾਂ ਸੁਣ ਲਓ ਜੇ, ਗੁਰੂਵਰ ਸਾਹਿਬ ਹਲਕੇ ਦੇ ਲੋਕੋ ਗੱਲਾਂ ਸੁਣ ਲਓ ਜੇ, ਮੁਕਤਸਰ ਹਲਕੇ ਦੇ ਲੋਕੋ ਗੱਲਾਂ ਸੁਣ ਲਓ ਜੇ, ਫਿਰੋਜ਼ਪੁਰ ਹਲਕੇ ਦੇ ਲੋਕੋ ਗੱਲਾਂ ਸੁਣ ਲਓ ਜੇ। ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਤਾਂ ਭਰਾ ਦੇ ਨਾਲ ਪੁੱਤ ਦੇ ਨਾਲ ਖੜ ਜਾਓ ਜੇ, ਨਹੀਂ ਤਾਂ ਜੇ ਗੱਲਾਂ ਨਾ ਚੰਗੀਆਂ ਲੱਗੀਆਂ ਬੇਸ਼ੱਕ ਦੀ ਛਿੱਤਰਾਂ ਨਾਲ ਡਹਿ ਪਿਆ ਜੇ, ਮੈਨੂੰ ਕੋਈ ਦਿੱਕਤ ਨਹੀਂ। ਅਤੇ ਗੁਰੂ ਫਤਿਹ ਦੀ ਸਾਂਝ ਪਾਉਂਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਆ ਕਿ ਸੱਜਣਾਂ ਨੇ ਫੋਨ ਤਾਂ ਕਾਫੀ ਕੀਤੇ ਆ, ਜਿਵੇਂ ਇਨਸਾਨ ਸਿੰਘ ਸੱਜਣ ਜੀ ਸੀਗੇ, ਅਤੇ ਹੁਣ ਭਾਈ ਤੁਹਾਡੇ 'ਤੇ ਛੱਡੀ ਆ, ਨੰਬਰ ਮੈਂ ਵਿੱਚ ਐਡ ਕਰ ਦੂੰਗਾ 9501587965, 9501587965। ਬਾਪੂ ਤੈਨੂੰ ਵੀ ਦੱਸ ਦੇਵਾਂ, ਮੈਨੂੰ ਪਤਾ ਵੀ ਤੂੰ ਕਹਿ ਗਹਿਰਾ ਕਿ ਦੱਸ ਗਿਆ ਛੋਰ ਜਾ। ਬਾਪੂ ਪਹਿਲਾਂ ਲਿਖਣਾ ਆ, ਫਿਰ ਲਿਖ ਪਾਂਜਾ, ਫਿਰ ਜੀਰੋ, ਫਿਰ ਏਕਾ, ਫਿਰ ਪਾਂਜਾ, ਫਿਰ ਆਠਾ, ਫਿਰ ਸਾਤਾ, ਫਿਰ ਨਾਇਆ ਲਿਖ, ਫਿਰ ਸੀਕਾ ਲਿਖ,
ਫਿਰ ਪਾਂ ਜਾ ਲਿਖ। ਇਹ ਬਾਪੂ ਨੰਬਰ ਨੋਟ ਕਰ ਲਈ। ਅਤੇ ਜਿਹੜੇ ਵੀ ਉਹ ਜਿਹੜੇ ਮੈਂ ਕਹੂੰਗਾ ਪੰਜਾਬ ਦੇ ਲੋਕੋ, ਤੁਹਾਡੇ ਫਿਰੋਜ਼ਪੁਰ ਏਰੀਏ ਦੇ ਵਿੱਚ ਜਿੰਨੇ ਰਿਸ਼ਤੇਦਾਰ ਬੈਠੇ ਆ, ਉਹਨਾਂ ਨੂੰ ਸੁਣਿਆ ਲਾਓ ਕਿ ਵਿਸ਼ਵਦੀਪ ਨੂੰ ਸੱਦ ਕੇ ਗੱਲਾਂ ਸੁਣ ਲਓ। ਵੋਟ ਨਹੀਂ ਮੰਗਦਾ ਮੈਂ, ਗੱਲਾਂ ਸੁਣਾਊਂਗਾ, ਚੰਗੀਆਂ ਲੱਗਣ ਤਾਂ ਨਾਲ ਜੁੜ ਜਾਣ, ਨਹੀਂ ਤਾਂ ਭਾਈ ਮਰਜ਼ੀ ਆ। ਬਾਕੀ ਮਜ਼ਦੂਰਾਂ ਦੇ ਘਰੋਂ ਆ, ਆਰਥਿਕ ਪੱਖੋਂ ਲੋੜ ਪੈਣੀ ਆ, ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ ਜੇ ਤੁਸੀਂ ਮਦਦ ਕਰ ਦਿਓਗੇ ਤਾਂ ਮੈਂ ਗਰੰਟੀ ਦੇ ਕਹਿੰਦਾ। ਅੱਜ ਮੇਰਾ ਹਲੇ ਸਮਾਂ ਨਹੀਂ, ਪਰ ਯਾਦ ਰੱਖੋ, ਸੱਚੇ ਸਤਿਗੁਰ ਤੋਂ ਡਰ ਕਹਿੰਦਾ, ਜਿਹੜਾ ਹਲਕਾ ਆਪਣੇ ਕੋਲ ਹੋਇਆ ਉਹ ਹਲਕਾ ਸਵਰਗ ਵੇਖੂਗਾ। ਯਾਦ ਰੱਖ ਲਓ, ਜੇ ਉਹ ਹਲਕਾ ਸਵਰ ਜਿਹੜਾ ਹਲਕਾ ਹੋਇਆ ਉਹ ਸਵਰਗਾਂ ਵਰਗਾ ਬਣਾ ਕੇ ਦੇਊਂਗਾ, ਮੇਰੀ ਤਮੰਨਾ। ਇਹਦੇ ਵਿੱਚ ਮੇਰੇ NRI ਵੀਰਾਂ ਦਾ ਵੀ ਸਾਥ ਚਾਹੀਦਾ ਹੋਊਗਾ, ਪੰਜਾਬ ਦੇ ਲੋਕਾਂ ਦਾ ਵੀ ਸਾਥ ਚਾਹੀਦਾ ਹੋਊਗਾ। ਜਿਹੜੇ ਹਲਕੇ ਦੇ ਵਿੱਚ ਤੁਹਾਡਾ ਭਰਾ ਹੋਇਆ ਉੱਥੇ ਚਿੱਟੇ ਦਾ ਨਾਮ ਨਿਸ਼ਾਨ ਨਹੀਂ ਹੋਊਗਾ, ਯਾਦ ਰੱਖ ਲਓ ਗੱਲ। ਬਾਕੀ ਤੁਹਾਡੀ ਮਰਜ਼ੀ ਆ ਜੀ। ਹਮੇਸ਼ਾ ਜਿਵੇਂ ਕਹਿ ਲਓ ਕਲਾਕਾਰਾਂ ਨੂੰ ਪੁੱਛਿਆ ਜਾਂਦਾ, ਮੈਂ ਕੋਈ ਕਲਾਕਾਰ ਤਾਂ ਹੈ ਨਹੀਂ ਗਾ, ਤੁਹਾਡਾ ਬੱਚਾ, ਤੁਹਾਡਾ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।